ਜਿਹੜੀਆਂ ਫੇਸਬੁੱਕ 'ਤੇ ਫੋਟੋਆਂ ਵਗੈਰਾ ਪਾਈਆਂ ਹੋਈਆਂ ਸੀਗੀਆਂ ਉਹਨਾਂ ਨੇ ਨਾ ਫੋਟੋ ਮੇਰੀ ਫੋਟੋ ਚੱਕ ਕੇ ਸਿੱਪੀ ਧਮਾਨ ਨਾਮ 'ਤੇ ਮੇਰੀ ਆਈ ਡੀ ਹੈਗੀ ਅਤੇ ਮੇਰੀ ਫੋਟੋ ਚੱਕ ਕੇ ਉਹਨਾਂ ਨੇ ਮਿਸਯੂਜ਼ ਕੀਤੀਆਂ ਗਈਆਂ ਫੋਟੋਆਂ ਵੀ ਉਹ ਅੰਮ੍ਰਿਤਪਾਲ ਜਿਹੜਾ ਮੋਟਰਸਾਈਕਲ 'ਤੇ ਅੰਮ੍ਰਿਤਪਾਲ ਦੱਸ ਰਹੇ ਨੇ ਉਹਨੂੰ ਕਹਿ ਰਹੇ ਨੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਉਹ ਕਿਹਦੀ ਫੋਟੋ ਆ ਕਿਹਦੀ ਨਾ ਵੀ ਮੇਰਾ ਉਹ ਫੋਟੋ ਨਾਲ ਕੋਈ ਸੰਬੰਧ ਨਹੀਂ ਹੈਗਾ ਅਤੇ ਉਹ ਫੋਟੋ ਨਾਲ ਮੰਤਰੀ ਸਾਹਿਬ ਦੀ ਫੋਟੋ ਹੈਗੀ ਅਤੇ ਉਹ ਉਹਨਾਂ ਨੇ ਚੱਕ ਲਈ ਚੱਕ ਕੇ ਨਾਲ ਲਾਤੀ ਵੀ ਗੁਲਾਬੀ ਪੱਗ ਬੰਨ੍ਹੀ ਹੋਈ ਆ ਹੁਣ ਗੁਲਾਬੀ ਪੱਗ ਤਾਂ ਹਰ ਕੋਈ ਬਣਦਾ ਹੈਗਾ ਵੀ ਕਿਹਦੇ ਨਹੀਂ ਪੱਗਾਂ ਬੰਨ੍ਹੀਆਂ ਨਾਲੇ ਉਹ ਉਹਦੀ ਸ਼ਕਲ ਅਤੇ ਮੇਰੀ ਸ਼ਕਲ ਦਾ ਕਿੰਨਾ ਅੰਤਰ ਹੈਗਾ ਵੀ ਇਹੋ ਜਿਹਾ ਕੁਛ ਨਹੀਂ ਹੈਗਾ ਮੈਂ ਕਹਿਣਾ ਹੈਗਾ ਵੀ ਜਿਹਨਾਂ ਨੇ ਵੀ ਇਹ ਹਰਕਤ ਅਣਗੋਣੀ ਹਰਕਤ ਕੀਤੀ ਹੈਗੀ ਵੀ ਉਹਨਾਂ 'ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਸਖ਼ਤ ਕਾਰਵਾਈ ਕੀਤੀ ਜਾਵੇ ਇਹ ਬੱਚਾ ਇੱਥੇ ਸਾਡੇ ਸਲਾਈਡ ਦੇ ਵਿੱਚ ਸਟੂਡੈਂਟ ਹੈਗਾ ਜੋ ਵੀ ਇਹਦੀ ਫੋਟੋ ਲਾ ਕੇ ਕੰਪੈਰੀਜ਼ਨ ਕੀਤਾ ਜਾ ਰਿਹਾ ਅੰਮ੍ਰਿਤਪਾਲ ਨਾਲ ਉਹ 'ਚ ਕੋਈ ਸਟਾਈ ਨਹੀਂ ਹੈਗੀ ਇਹ ਤਾਂ ਬੱਚਾ ਕਦੇ ਸੰਗੂਰ ਵੀ ਨਹੀਂ ਟੱਪਿਆ ਸੀ ਕਹਿ ਦੀ ਇਹਦੇ 'ਚ ਕੋਈ ਵੀ ਸਟਾਈ ਨਹੀਂ ਹੈ ਸਾਡੇ ਅਮਨ ਅਰੋੜਾ ਜੀ ਕੈਬਨਿਟ ਮਿਨਿਸਟਰ ਉਹਨਾਂ ਨਾਲ ਵੀ ਅਸੀਂ ਇਸ ਵੇਸ ਤੇ ਗੱਲ ਕੀਤੀ ਹੈ ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਇਸ ਦੀ ਤਹਿ ਤੱਕ ਪਹੁੰਚਿਆ ਜਾਵੇਗਾ ਜੋ ਵੀ ਸ਼ਰਾਰਤੀ ਅਨਸਰ ਇਸ ਬੱਚੇ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਅਤੇ ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਪਿਛਲੇ ਦਿਨੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇੱਕ ਫੋਟੋ ਵਾਇਰਲ ਹੋਈ ਸੀ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਇੱਕ ਜਗਾੜੂ ਰੇੜੇ ਦੇ ਉੱਪਰ ਇੱਕ ਸ਼ਖਸ ਮੋਟਰਸਾਈਕਲ ਰੱਖ ਕੇ ਲਿਜਾ ਰਿਹਾ ਕਿਹਾ ਜਾ ਰਿਹਾ ਸੀ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਨੇ ਗੁਲਾਬੀ ਪੱਗ ਬੰਨ੍ਹੀ ਹੋਈ ਹੈ ਕਾਲੇ ਰੰਗ ਦਾ ਚਸ਼ਮਾ ਲਗਾਇਆ ਹੋਇਆ ਹੈ ਕਾਫੀ ਵਾਇਰਲ ਹੋਈ ਸੀ ਇਹ ਫੋਟੋ ਉਸ ਤੋਂ ਬਾਅਦ ਇੱਕ ਹੋਰ ਸ਼ਖਸ ਜਿਹੜਾ ਸਾਹਮਣੇ ਆਇਆ ਜਿਸ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਉਸ ਨੂੰ ਧਮਕੀਆਂ ਜਿਹੜੀਆਂ ਆ ਰਹੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਉਸਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਸਦੀਆਂ ਕੁਝ ਤਸਵੀਰਾਂ ਚੱਕ ਕੇ ਉਸਨੂੰ ਇੰਟਰਨੈਟ ਤੋਂ ਚੱਕ ਕੇ ਉਸ ਤੋਂ ਬਾਅਦ ਐਡਿਟ ਕਰਕੇ ਉਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਪੋਸਟ ਕੀਤੀਆਂ ਜਾ ਰਹੀਆਂ ਨੇ ਜਿਸ ਕਰਕੇ ਕੁਝ ਲੋਕ ਉਸਨੂੰ ਬਾਹਰਲੇ ਦੇਸ਼ਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਉਸਦਾ ਕਹਿਣਾ ਹੈ ਕਿ ਉਹ ਇੱਕ ਸਧਾਰਨ ਪਰਿਵਾਰ ਦਾ ਲੜਕਾ ਹੈ ਉਸਦਾ ਇਹਨਾਂ ਫੋਟੋਆਂ ਦੇ ਨਾਲ ਕੋਈ ਸੰਬੰਧ ਨਹੀਂ ਔਰ ਉਸ ਵੱਲੋਂ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਇਸ ਬਾਬਤ ਕਿ ਕੁਝ ਸ਼ਰਾਰਤੀ ਲੋਕ ਉਸਦੀਆਂ ਫੋਟੋਆਂ ਦੇ ਨਾਲ ਛੇੜਛਾੜ ਕਰਕੇ ਉਹਨਾਂ ਨੂੰ ਦੁਬਾਰਾ ਪੋਸਟ ਕਰ ਰਹੇ ਨੇ ਉਸ ਸ਼ਖਸ ਨੇ ਪ੍ਰਸ਼ਾਸਨ ਤੱਕ ਵੀ ਗੁਹਾਰ ਲਗਾਈ ਹੈ ਇੱਕ ਦਰਖਾਸਤ ਦਿੱਤੀ ਹੈ ਜਿਸ ਵਿੱਚ ਉਸਨੇ ਸਿੱਧੇ ਤੌਰ 'ਤੇ ਇਹ ਕਿਹਾ ਹੈ ਕਿ ਉਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਜੋ ਉਸ ਨੂੰ ਟਾਰਗੇਟ ਕਰ ਰਹੇ ਨੇ ਸੋ ਇਸ ਸ਼ਖਸ ਨੇ ਦੱਸਿਆ ਕਿ ਕਈ ਲੋਕਾਂ ਵੱਲੋਂ ਉਸਦੀਆਂ ਫੋਟੋਆਂ ਦੇ ਨਾਲ ਛੇੜਛਾੜ ਕਰਕੇ ਦੁਬਾਰਾ ਪੋਸਟ ਕੀਤੀਆਂ ਗਈਆਂ ਸਾਡੇ ਨਾਲ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਸ ਸ਼ਖਸ ਨੇ ਔਰ ਉਸਦੇ ਪਰਿਵਾਰ ਨੇ ਕੀ ਜਾਣਕਾਰੀ ਦਿੱਤੀ ਆ ਉਹ ਆਪਾਂ ਉਸ ਜਾਣਕਾਰੀ ਨੂੰ ਵੀ ਸੁਣ ਲੈਂਦੇ ਹਾਂ ਜਿਹੜੀਆਂ ਫੇਸਬੁੱਕ 'ਤੇ ਫੋਟੋਆਂ ਵਗੈਰਾ ਪਾਈਆਂ ਹੋਈਆਂ ਸੀਗੀਆਂ ਉਹਨਾਂ ਨੇ ਨਾ ਫੋਟੋ ਮੇਰੀ ਫੋਟੋ ਚੱਕ ਕੇ ਸਿੱਪੀ ਧਮਾਨ ਨਾਮ 'ਤੇ ਮੇਰੀ ਆਈ ਡੀ ਹੈਗੀ ਅਤੇ ਮੇਰੀ ਫੋਟੋ ਚੱਕ ਕੇ ਉਹਨਾਂ ਨੇ ਮਿਸਯੂਜ਼ ਕੀਤੀਆਂ ਗਈਆਂ ਫੋਟੋਆਂ ਵੀ ਉਹ ਅੰਮ੍ਰਿਤਪਾਲ ਜਿਹੜਾ ਮੋਟਰਸਾਈਕਲ 'ਤੇ ਅੰਮ੍ਰਿਤਪਾਲ ਦੱਸ ਰਹੇ ਨੇ ਉਹਨੂੰ ਕਹਿ ਰਹੇ ਨੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਉਹ ਕਿਹਦੀ ਫੋਟੋ ਆ ਕਿਹਦੀ ਨਾ ਵੀ ਮੇਰਾ ਉਹ ਫੋਟੋ ਨਾਲ ਕੋਈ ਸੰਬੰਧ ਨਹੀਂ ਹੈਗਾ ਨਾ ਮੈਂ ਉਹ ਫੋਟੋ ਨੂੰ ਵੀ ਮੇਰੀ ਹੈਗੀ ਹੈਗੀ ਐਡਿਟ ਕਰਕੇ ਉਹ ਮੇਰੀ ਫੋਟੋ ਨਾਲ ਬਸ ਫੇਸਬੁੱਕ 'ਤੇ ਚੱਕੀ ਗਈਆਂ ਨੇ ਵੀ ਆਈ ਡੀ ਦੇ ਵਿੱਚੋਂ ਅਤੇ ਉਹ ਫੋਟੋ ਨਾਲ ਮੰਤਰੀ ਸਾਹਿਬ ਦੀ ਫੋਟੋ ਹੈਗੀ ਅਤੇ ਉਹ ਉਹਨਾਂ ਨੇ ਚੱਕ ਲਈ ਚੱਕ ਕੇ ਨਾਲ ਲਾਤੀ ਵੀ ਗੁਲਾਬੀ ਪੱਗ ਬੰਨ੍ਹੀ ਹੋਈ ਆ ਹੁਣ ਗੁਲਾਬੀ ਪੱਗ ਤਾਂ ਹਰ ਕੋਈ ਬਣਦਾ ਹੈਗਾ ਵੀ ਕਿਹਦੇ ਨਹੀਂ ਪੱਗਾਂ ਬੰਨ੍ਹੀਆਂ ਨਾਲੇ ਉਹ ਉਹਦੀ ਸ਼ਕਲ ਅਤੇ ਮੇਰੀ ਸ਼ਕਲ ਦਾ ਕਿੰਨਾ ਅੰਤਰ ਹੈਗਾ ਵੀ ਲੋਕ ਕੋਈ ਇਹ ਵੀ ਨਹੀਂ ਅੰਦਾਜ਼ਾ ਲਾਉਂਦੇ ਹੈਗੇ ਗਲਤ ਅਫਵਾਹਾਂ ਫੈਲਾਈ ਜਾਂਦੇ ਨੇ ਵੀ ਇੱਧਰ ਗੱਲ ਸੁਣ ਲਈ ਉੱਧਰ ਸੁਣ ਲਈ ਵੀ ਇਹੋ ਜਿਹਾ ਕੁਛ ਨਹੀਂ ਹੈਗਾ ਮੈਂ ਕਹਿਣਾ ਹੈਗਾ ਵੀ ਜਿਹਨਾਂ ਨੇ ਵੀ ਇਹ ਹਰਕਤ ਅਣਗੋਣੀ ਹਰਕਤ ਕੀਤੀ ਹੈਗੀ ਵੀ ਉਹਨਾਂ 'ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਸਖ਼ਤ ਕਾਰਵਾਈ ਕੀਤੀ ਜਾਵੇ ਕਿ ਜਿਹੜਾ ਕੁਛ ਸਾਹਮਣੇ ਆ ਰਿਹਾ ਬਿਲਕੁਲ ਫੇਕ ਹੈ ਇਹ ਬੱਚਾ ਇੱਥੇ ਸਾਡੇ ਸਲਾਈਡ ਦੇ ਵਿੱਚ ਸਟੂਡੈਂਟ ਹੈਗਾ ਜੋ ਵੀ ਇਹਦੀ ਫੋਟੋ ਲਾ ਕੇ ਕੰਪੈਰੀਜ਼ਨ ਕੀਤਾ ਜਾ ਰਿਹਾ ਅੰਮ੍ਰਿਤਪਾਲ ਨਾਲ ਉਹ 'ਚ ਕੋਈ ਸਟਾਈ ਨਹੀਂ ਹੈਗੀ ਇਹ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਇਹ ਤਾਂ ਬੱਚਾ ਕਦੇ ਸੰਗਰੂਰ ਵੀ ਨਹੀਂ ਟੱਪਿਆ ਜਿੱਦਾਂ ਅਸੀਂ ਕਹਿ ਦਈਏ ਇਹਦੇ 'ਚ ਕੋਈ ਵੀ ਸਚਾਈ ਨਹੀਂ ਹੈ ਦੂਸਰੇ ਸਿਰੇ ਸਾਡੇ ਅਮਨ ਅਰੋੜਾ ਜੀ ਕੈਬਨਿਟ ਮਿਨਿਸਟਰ ਉਹਨਾਂ ਨਾਲ ਵੀ ਅਸੀਂ ਇਸ ਵੇਸ 'ਤੇ ਗੱਲ ਕੀਤੀ ਹੈ ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਇਸ ਦੀ ਤਹਿ ਤੱਕ ਪਹੁੰਚਿਆ ਜਾਵੇਗਾ ਜੋ ਵੀ ਸ਼ਰਾਰਤੀ ਅਨਸਰ ਇਸ ਬੱਚੇ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅਸੀਂ ਵੀ ਇਹੀ ਮੰਗ ਕਰਦੇ ਹਾਂ ਕਿ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ ਇਹ ਬਹੁਤ ਡਰਿਆ ਹੋਇਆ ਹੈ ਬੱਚਾ ਇਸ ਨੂੰ ਲੈ ਕੇ ਕਿਸੇ ਨੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਇਹ ਸਾਜਿਸ਼ ਰਚੀ ਹੈ ਇਹ ਲੌਂਗੋਵਾਲ ਦਾ ਸਾਡੇ ਨਾਲ ਸ਼ੁਰੂ ਤੋਂ ਲੈ ਕੇ ਆਮ ਆਦਮੀ ਪਾਰਟੀ ਦਾ ਮੁੰਡਾ ਜੁੜਿਆ ਹੋਇਆ ਛੋਟੇ ਤੋਂ ਛੋਟਾ ਵਰਕਰ ਹੈ ਗਰੀਬ ਪਰਿਵਾਰ 'ਚੋਂ ਹੈ ਮਿਹਨਤੀ ਪਰਿਵਾਰ ਹੈ ਮਿਸਤਰੀ ਨੇ ਤਰਖਾਣ ਸਿੱਖ ਨੇ ਇਹ 'ਚ ਕੋਈ ਐਸੀ ਗੱਲ ਨਹੀਂ ਹੈਗੀ ਵੀ ਜਿਹਦੇ ਵਿੱਚ ਇਹਦਾ ਕੋਈ ਸਹੂਲੀਅਤ ਹੋਵੇ ਇਹ ਫੇਕ ਫੋਟੋ ਬਣਾ ਕੇ ਗਲਤ ਤਰੀਕੇ ਨਾਲ ਇਹਦੇ ਝੂਠਾ ਇਲਜ਼ਾਮ ਲਾਇਆ ਗਿਆ
तो आम आदमी पार्टी का छो नुमाना वर्कर है। ये आम आदमी पार्टी बदनाम करने की कोई कुछ ही साजिश है। मैं ये मंग करता सरकार पासों भी इस दे पूरी इंक्वायरी करके पड़ताल करके जिसने भी यह झूठी खबर लाई है फेसबुक पर पाई है जो कार्रवाई की है उसके खिलाफ सरकार तुरंत सख्त एक्शन लवे। तुसी वेख्या कि उस शख्स का की कहना सी उसके कहने के मुताबिक कि कुछ लोग उस दियां फोटोआं दे नाल छेड़छाड़ करके उसनू भाई अमृतपाल सिंह दे नाल जोड़ रहे हैं। उसका कहना है कि मेरा भाई अमृतपाल सिंह दे नाल कोई संबंध नहीं है और ना ही इन फोटोआं दे नाल कोई संबंध है। और उस वालों ये गुजारिश भी की गई है प्रशासन नू कि जो लोग इदा दियां हरकतां या शरारतां कर रहे हैं उन्होंने उपर बनदी कार्रवाई भी होनी चाहिए है। ब्यूरो रिपोर्ट, लुधियाना टाइम्स।